हाँ जी मनजीत सिंह जी, कदों हो जो तुहाडा मिनी गैस्ट्रिक बाईपास ऑपरेशन? मेरा 22 दिसंबर 2012। 2012 ਦੇ ਵਿੱਚ, ਠੀਕ ਹੈ। 2 ਸਾਲ ਹੋ ਗਿਆ ਨਾ ਹੁਣ? 2.5 ਸਾਲ। 2.5 ਸਾਲ, ਠੀਕ ਹੈ। ਤੇ ਕਿੰਨਾ ਵੇਟ ਸੀਗਾ ਤੁਹਾਡਾ ਆਪਰੇਸ਼ਨ ਦਾ? ਮੇਰਾ ਕੁਆਂਟਲ 42 ਸੀ। 1 ਕੁਆਂਟਲ 42 ਤੇ ਅੱਜ ਕਿੰਨਾ ਹੈ? ਅੱਜ 83 ਕਿਲੋ 83। ਆਲਮੋਸਟ 60 ਕਿਲੋ ਦੇ ਨੇੜੇ ਤੇੜੇ ਘਟ ਗਿਆ ਤੁਹਾਡਾ ਵੇਟ ਨਾ? ਓਕੇ, ਕੀ ਪ੍ਰੋਬਲਮਸ ਆਉਂਦੀਆਂ ਸੀ ਆਪਰੇਸ਼ਨ ਤੋਂ ਪਹਿਲਾਂ? ਇਹਨਾਂ ਮਤਲਬ ਚੱਲ ਫੈਟ ਨਹੀਂ ਸਕਦੇ ਸੀਗੇ। ਅੱਛਾ, ਤੇ ਸਾਹ ਚੜਦਾ ਹੋਏਗਾ? ਸਾਹ ਚੜਦਾ ਸੀਗਾ, ਬਾਕੀ ਲੱਤਾਂ ਬਾਹਾਂ ਵਗੈਰਾ ਟੇੜਾ ਨਹੀਂ ਸੀ ਬਹੁਤ। ਰਾਤ ਨੂੰ ਉੱਠ ਕੇ ਬੈਠਣ ਦਾ ਨਹੀਂ ਪੈਂਦਾ ਸੁੱਤੇ ਪਿਆਂ ਨੂੰ ਕਿ ਸਾਹ ਰੁਕਦਾ ਹੋਵੇ? ਹਾਂਜੀ, ਕਰਾੜੇ ਸਲੀਪ ਐਪਨੀਆ ਦੀ ਪ੍ਰੋਬਲਮ? ਸਿੱਧਾ ਪੈ ਨਹੀਂ ਸਕਦਾ ਸੀ। ਅੱਛਾ, ਇਹ ਆਪਣਾ ਪੈਂਦਾ ਸੀ ਸਲੀਪ ਐਪਨੀਆ ਦੀ ਪ੍ਰੋਬਲਮ? ਬਾਕੀ ਸ਼ੂਗਰ ਦੀ ਪ੍ਰੋਬਲਮ ਸੀ। ਓਕੇ, ਟੈਬਲੇਟ ਵਗੈਰਾ ਚਾਹੁੰਦੇ ਸੀ। ਸ਼ੂਗਰ ਕਿੰਨੇ ਸਾਲ ਪੁਰਾਣੀ ਸੀ? 3-4 ਸਾਲ ਪਹਿਲਾਂ। ਓਕੇ, ਟੈਬਲੇਟਸ ਲੈਂਦੇ ਸੀ ਉਹਦੇ ਵਾਸਤੇ? ਹੁਣ ਮੈਂ ਦੁਬਾਰਾ ਕੋਈ ਨਹੀਂ। ਉਸ ਤੋਂ ਬਾਅਦ ਆਪਰੇਸ਼ਨ ਬਾਅਦ ਬਿਲਕੁਲ ਕੋਈ ਟੈਬਲੇਟ ਨਹੀਂ ਲਈ? ਤੇ ਹੁਣ ਕਿੰਨੀਆਂ ਦੇ ਆਪਰੇਸ਼ਨ ਤੋਂ ਬਾਅਦ ਹੋਰ ਕਿੰਨਾ ਫਰਕ ਮਹਿਸੂਸ ਕਰਦੇ ਹੋ ਹੁਣ? ਕਰਾੜੇ ਵਗੈਰਾ ਤਾਂ ਨਹੀਂ ਆਉਂਦੇ? ਨਹੀਂ ਨਹੀਂ ਕਰਾੜੇ। ਔਰ ਸਾਹ ਤਾਂ ਨਹੀਂ ਚੜਦਾ ਹੁਣ? ਨਾ, ਕੋਈ ਸਾਹ ਨਹੀਂ, ਕੋਈ ਲੱਤਾਂ ਨਹੀਂ, ਕੋਈ ਗੋਡਾ ਨਹੀਂ, ਕੋਈ ਕੁਛ। ਠੀਕ ਹੈ, ਡਾਈਟ ਕਿਵੇਂ ਚੱਲਦੀ ਹੈ? ਵਧੀਆ, ਠੀਕ ਹੈ। ਕਿ ਦੋ ਫਰਕ ਕੇ ਯਾਨੀ ਮੈਕਸਿਮਮ ਮੈਂ ਤਾਂ ਦੋ ਆ ਐਸੇ ਡੇਢ ਨਾਲ ਵੀ ਠੀਕ ਹੈ। ਔਰ ਅੰਡਾ ਮਿਟ ਲੈ ਰਹੀ ਹੂੰ? ਅੰਡਾ ਮਿਟ ਲੈ ਰਹੀ ਹਾਂ ਹਫਤੇ ਦੋ ਦਿਨ। ਡਾਈਟ ਤੁਸੀਂ ਆਪਣੀ ਇਦਾਂ ਹੀ ਵਧੀਆ ਰੱਖਣੀ ਆ, ਨਾਨ ਵੈਜ ਲੈਂਦੇ ਰਹੋ, ਫਰੂਟਸ ਵੈਜੀਟੇਬਲਸ ਜ਼ਿਆਦਾ ਲੈਣੇ ਆ ਤਾਂ ਕੋਈ ਵੀਕਨੈਸ ਜਾਂ ਕਮੀ ਪੇਸ਼ੀ ਨਾ ਆਵੇ ਸਰੀਰ ਵਿੱਚ। ਔਰ ਮਲਟੀਵਿਟਾਮਿਨਸ ਲੈ ਰਹੀ ਹੂੰ? ਠੀਕ ਹੈ, ਉਹ ਵੀ ਤੁਸੀਂ ਰੈਗੂਲਰ ਰੱਖਣੇ ਆ। ਤੁਸੀਂ ਸਾਲ ਵਿੱਚ ਇੱਕ ਵਾਰ ਤੁਸੀਂ ਆਪਣੇ ਬਲੱਡ ਦੇ ਟੈਸਟ ਸ਼ੁਰੂ ਕਰਵਾਉਂਦੇ ਰਹਿਣਾ ਹੈ ਤਾਂ ਕਿ ਕੋਈ ਕਮੀ ਪੇਸ਼ੀ ਆ ਵੀ ਜਾਵੇ ਤਾਂ ਆਪਾਂ ਨੂੰ ਪਤਾ ਲੱਗਦਾ ਰਹੇ। ਠੀਕ ਹੈ, ਓਕੇ, ਥੈਂਕ ਯੂ।